A warm welcome everyone to the online platform of Mix Overseas Rajay. Apa tade aaj 10 cue cards cover karne hain. Cue card number 30, 59 and 85. So aaj de apni cue card ki kehnde hai gaya, describe something you would like to learn in future. So hun we are supposed to talk about something jo apa ki karna chahne hai gaya. Future de vich learn karna chahne hai. Something that you would like to learn in future. ਤਾਂ ਇੱਥੇ ਦੇਖੋ ਵੁੱਡ ਲਾਈਕ ਟੂ ਲਰਨ ਤਾਂ ਬੇਸਿਕਲੀ ਆਪਾਂ ਕਿਹੜੇ ਟੈਂਸ ਦੇ ਵਿੱਚ ਗੱਲ ਕਰਨੀ ਹੈਗੀ ਆ ਫਿਊਚਰ ਟੈਂਸ ਦੇ ਵਿੱਚ ਨੈਕਸਟ ਜਿਹੜਾ ਆਪਣਾ ਕਿਊ ਹੈਗਾ ਉਹ ਕੀ ਕਹਿੰਦਾ ਹੈਗਾ ਨੈਕਸਟ ਆਪਣੇ ਕੋਲ ਕੀ ਕਹਿੰਦਾ ਡਿਸਕ੍ਰਾਈਬ ਅ ਸਕਿੱਲ ਦੈਟ ਯੂ ਲਰਨਡ ਇਨ ਯੋਰ ਚਾਈਲਡਹੁੱਡ ਤਾਂ ਇੱਥੇ ਦੇਖੋ ਆਪਾਂ ਕੋਈ ਸਕਿੱਲ ਹੈਗੀ ਆ ਜਿਹੜੀ ਆਪਾਂ ਸਿੱਖੀ ਹੈਗੀ ਆ ਆਪਣੇ ਬਚਪਨ ਦੇ ਦੌਰਾਨ ਦੈਟ ਮੀਨਸ ਟੈਂਸ ਕਿਹੜਾ ਹੈਗਾ ਪਾਸਟ ਨੈਕਸਟ ਆਪਣੇ ਕੋਲ ਕੀ ਹੈਗਾ ਡਿਸਕ੍ਰਾਈਬ ਸਮਥਿੰਗ ਦੈਟ ਯੂ ਟੋਟ ਟੂ ਯੋਰ ਫਰੈਂਡ ਅਗੇਨ ਵੀ ਆਰ ਯੂਜ਼ਿੰਗ ਸੈਕਿੰਡ ਫਾਰਮ ਆਫ ਵਰਬ ਹੇਅਰ ਕੋਈ ਚੀਜ਼ ਜਿਹੜੀ ਤੁਸੀਂ ਸਿਖਾਈ ਹੈ ਨਾ ਦੈਟ ਯੂ ਟੋਟ ਤਾਂ ਹੁਣ ਆਪਾਂ ਅਗਰ ਟੋਟ ਦੀ ਗੱਲ ਕਰ ਰਹੇ ਹੈਗੇ ਆ ਦੈਟ ਮੀਨਸ ਇਹ ਚੀਜ਼ ਕਾਹਦੇ ਚ ਆ ਗਈ ਆਪਣੇ ਕੋਲ again it is in the past tense verb second form simple past tense so hon basically apa koi idda di skill pakadni hegi a kisi apa skill di gal karange ik jagah te main kahungi main us skill sikhna chahuni hu ik jagah te main kahungi vi us skill main sikhi si apne bachpan de dauran ik jagah te main kahungi ki eh skill hegi a jehdi main kise nu sikhai si ਹਨ ਤਾਂ ਆਪਾਂ ਇੱਕੋ ਸਿੰਗਲ ਸਕਿੱਲ ਦੀ ਗੱਲ ਕਰਨੀ ਹੈ ਤਾਂ ਜਿੱਦਾਂ ਆਪਣੇ ਕੋਲ ਇੱਥੇ ਬਹੁਤ ਸਾਰੇ ਲੋਕ ਕੁਕ ਕਰ ਰਹੇ ਆ ਤਾਂ ਆਪਾਂ ਕੁਕਿੰਗ ਦੀ ਗੱਲ ਕਰ ਸਕਦੇ ਹਾਂ ਹਨਾ ਕੁਕਿੰਗ ਇੱਕ ਲਾਈਫ ਸਕਿੱਲ ਹੈਗੀ ਆ ਤੁਸੀਂ ਕੁਕਿੰਗ ਦੀ ਡਰਾਈਵਿੰਗ ਦੀ ਕੋਈ ਵੀ ਇਦਾਂ ਦੀ ਸਕਿੱਲ ਦੀ ਗੱਲ ਕਰ ਸਕਦੇ ਆ ਤਾਂ ਕੁਕਿੰਗ ਆਪਣੇ ਕੋਲ ਲਾਈਫ ਸਕਿੱਲ ਹੈਗੀ ਆ ਤਾਂ ਮੈਂ ਕਿਹਾ ਵੀ ਜਿਹੜੀ ਸਕਿੱਲ ਦੀ ਮੈਂ ਗੱਲ ਕਰਨੀ ਆ ਉਹ ਸਕਿੱਲ ਕਿਹੜੀ ਹੈਗੀ ਆ ਜੀ ਕੁਕਿੰਗ ਹੈਗੀ ਆ ਸੋ ਹੁਣ ਦੇਖੋ ਕੁਕਿੰਗ ਦੇ ਲਈ ਆਪਾਂ ਵਰਡ ਕਿੱਦਾਂ ਦੇ ਯੂਜ਼ ਕਰ ਸਕਦੇ ਹੈਗੇ ਆ ਕਲਨਰੀ ਸਕਿੱਲਸ ਹਨਾ ਸ਼ੈਫ ਬਣਨਾ ਚਾਹੁੰਦੀ ਹਾਂ ਮੈਂ ਠੀਕ ਹੈ ਫਿਰ ਹੁਣ ਦੇਖੋ ਵਟ ਇਟ ਇਜ਼ ਤਾਂ ਵਟ ਦ ਸਕਿੱਲ ਵਾਜ਼ ਐਂਡ ਵਟ ਯੂ ਟਾਟ ਹਿਮ ਔਰ ਹਰ ਤਾਂ ਇੱਥੇ ਆਪਾਂ ਮੈਂ ਕਹਿ ਸਕਦੀ ਹੈਗੀ ਹਾਂ ਮੈਂ ਕਿਹਾ ਵੀ ਹਿਊਮਨਸ ਔਰ ਪੀਪਲ ਮੈਂ ਸਟਾਰਟ ਕੀਤਾ ਮੈਂ ਕਿਹਾ ਵੀ ਹਿਊਮਨਸ ਨੀਡ ਟੂ ਲਰਨ ਜ਼ਰੂਰਤ ਹੁੰਦੀ ਹੈ ਸਾਨੂੰ ਹਿਊਮਨਸ ਨੀਡ ਟੂ ਲਰਨ many skills for their survival and cooking is one of them so main kya hai humans nu bahut sariyan skill sikhan di zarurat hundi aa apne survival de vaste ਤਾਂ ਕੁਕਿੰਗ ਜਿਹੜੀ ਹੈਗੀ ਆ ਉਹਨਾਂ ਸਕਿੱਲਸ ਚੋਂ ਹੀ ਇੱਕ ਸਕਿੱਲ ਹੈਗੀ ਆ ਠੀਕ ਹੈ ਹੁਣ ਆਪਾਂ ਨੇ ਗੱਲ ਕਰਨੀ ਹੈਗੀ ਆ ਸੋ ਦਿਸ ਇਜ਼ ਦ ਰੀਜ਼ਨ ਹੁਣ ਦੇਖੋ ਆਹ ਜਰਨਲ ਲਾਈਨ ਹੈ ਤੁਸੀਂ ਕਿਸੇ 'ਚ ਵੀ ਯੂਜ਼ ਕਰ ਸਕਦੇ ਠੀਕ ਹੈ ਕਿ ਹਿਊਮਨਸ ਨੂੰ ਕੁਕਿੰਗ ਨੂੰ ਸਿੱਖਣ ਦੀ ਲੋੜ ਹੁੰਦੀ ਆ ਫਿਰ ਤੁਸੀਂ ਕੀ ਐਡ ਕਰਨਾ ਆ ਕਿ ਇਹ ਸਕਿੱਲ ਤੁਸੀਂ ਕਿੱਦਾਂ ਸਿੱਖੀ ਜਾਂ ਕਿੱਦਾਂ ਕਿਸੇ ਨੂੰ ਤੁਸੀਂ ਇਹ ਸਕਿੱਲ ਜਿਹੜੀ ਹੈਗੀ ਆ ਸਿਖਾ ਸਕਦੇ ਹੈ ਤਾਂ ਆਪਾਂ ਪਹਿਲਾਂ ਕਿਊਜ਼ ਕਵਰ ਕਰਦੇ ਹਾਂ ਤਾਂ ਫਸਟ ਦਾ ਆ ਗਿਆ ਵਟ ਇਟ ਇਜ਼ ਤਾਂ ਆਪਾਂ ਦੱਸਤਾ ਕੁਕਿੰਗ ਹਨਾ ਵਟ ਦਾ ਸਕਿੱਲ ਵਾਸ ਆਪਾਂ ਦੱਸਤਾ ਕੁਕਿੰਗ ਵਟ ਯੂ ਟਾਟ ਸਕਿੱਲ ਦੀ ਗੱਲ ਕਰ ਰਹੇ ਹਾਂ ਕੁਕਿੰਗ ਓਕੇ ਹਾਊ ਵੁੱਡ ਯੂ ਲਾਈਕ ਟੂ ਲਰਨ ਤੁਸੀਂ ਇਹ ਸਕਿੱਲ ਕਿੱਦਾਂ ਸਿੱਖਣਾ ਚਾਹੋਗੇ ਹੂ ਟਾਟ ਯੂ ਦਿਸ ਸਕਿੱਲ
ਐਂਡ ਵੈਨ ਵਾਸ ਇਟ। ਤਾਂ ਇੱਥੇ ਦੇਖੋ ਵੈਨ ਵਾਸ ਦੀ ਗੱਲ ਆਪਾਂ ਕਰੀਏ ਤਾਂ ਇਟ ਵਾਸ ਲਾਸਟ ਈਅਰ। ਇੱਥੇ ਰਾਜੇ ਬਸ ਹੁਣ ਤੁਸੀਂ ਸਿਰਫ ਟੈਂਸਿਸ ਦਾ ਫਰਕ ਕਰਨਾ ਹੈਗਾ। ਮੈਂ ਇੱਥੇ ਕਿਹਾ ਦਿਸ ਵਾਸ ਦ ਲਾਸਟ ਈਅਰ ਵੈਨ ਆਈ ਟਾਟ ਦਿਸ ਸਕਿੱਲ ਟੂ ਵਨ ਆਫ ਮਾਈ ਕਜ਼ਨਸ। ਇੱਥੇ ਮੈਂ ਕੀ ਕਿਹਾ ਹੂ ਟਾਟ ਯੂ, ਮੈਂ ਕਿਹਾ ਵੀ ਮਾਈ ਮਦਰ ਟਾਟ ਮੀ ਹਾਊ ਟੂ ਕੁੱਕ ਵੈਲ ਲਾਸਟ ਈਅਰ। ਇਹਦੇ ਵਿੱਚ ਹਾਊ ਵੁੱਡ ਯੂ ਲਾਈਕ ਟੂ ਲਰਨ ਇਟ, ਤਾਂ ਮੈਂ ਕੀ ਕਿਹਾ, ਮੈਂ ਕਿਹਾ ਵੀ ਆਈ ਐਮ ਪਲੈਨਿੰਗ ਟੂ ਲਰਨ ਦ ਸਕਿੱਲ ਆਫ ਕੁਕਿੰਗ ਅਪਕਮਿੰਗ ਈਅਰ। ਤਾਂ ਮੈਂ ਕਿਹਾ ਵੀ ਆਉਣ ਵਾਲੇ ਸਾਲ ਦੇ ਵਿੱਚ ਮੈਂ ਸਕਿੱਲ ਸਿੱਖਣਾ ਚਾਹੁੰਦੀ ਹਾਂ। ਤਾਂ ਬੇਸਿਕਲੀ ਆਪਾਂ ਦੱਸਤਾ ਕਿ ਸਕਿੱਲ ਆਪਾਂ ਕਦੋਂ ਸਿੱਖਣੀ ਹੈ। ਹੁਣ ਦੇਖੋ ਹਾਊ ਵੁੱਡ ਯੂ ਲਾਈਕ ਟੂ ਲਰਨ, ਇੱਥੇ ਦੇਖੋ ਤੁਸੀਂ ਕਿਵੇਂ ਸਿੱਖਣਾ ਹੈ, ਇੱਥੇ ਵੀ ਦੇਖੋ ਹਾਊ ਯੂ ਟੌਟ ਦਿਸ ਸਕਿੱਲ, ਠੀਕ ਹੈ, ਤੇ ਇੱਥੇ ਵੀ ਦੇਖੋ ਹਾਊ ਲੌਂਗ ਇਟ ਵਾਸ ਫਾਰ। ਤਾਂ ਇਹ ਕਿੱਥੇ, ਹੁਣ ਆਪਾਂ ਟਾਈਮ ਦੀ ਗੱਲ ਕੀਤੀ ਕਿਵੇਂ ਇਹ ਸਕਿੱਲ ਸਿੱਖੀ ਜਾ ਸਕਦੀ ਹੈ, ਹਨਾ। ਹੁਣ ਤੁਸੀਂ ਦੇਖੋ ਕਿ ਆਪਾਂ ਕੁਕਿੰਗ ਦੀ ਗੱਲ ਕਰਨੀ ਹੈਗੀ ਆ, ਕੁਕਿੰਗ ਨੂੰ ਕਿੱਦਾਂ ਸਿੱਖਿਆ ਜਾ ਸਕਦਾ ਹੈਗਾ, ਠੀਕ ਹੈ। ਤਾਂ ਤੁਸੀਂ ਦੋ ਤਰੀਕੇ ਹੋ ਸਕਦੇ ਹੈਗੇ ਆ, ਇੱਕ ਤਾਂ ਆਪਣੇ ਕੋਲੇ ਆਨਲਾਈਨ ਮੈਥਡ ਹੈਗਾ, ਠੀਕ ਹੈ, ਇੱਕ ਆਪਣੇ ਕੋਲੇ ਕੀ ਹੈਗਾ ਇਨ ਪਰਸਨ ਕਲਾਸਿਸ। ਇਨ ਪਰਸਨ ਕੀ ਹੋ ਗਿਆ, ਜਿੱਥੇ ਤੁਸੀਂ ਖੁਦ ਅਟੈਂਡ ਕਰ ਰਹੇ ਹੋ, ਠੀਕ ਹੈ। ਤਾਂ ਹੁਣ ਜਿਹੜਾ ਫਿਊਚਰ ਟੈਂਸ ਵਾਲਾ, ਉਹਦੇ 'ਚ ਮੈਂ ਕੀ ਕਹੂੰਗੀ ਕਿ ਮੈਂ ਪਲਾਨ ਕਰ ਰਹੀ ਹੂੰ ਯੂਟਿਊਬ ਤੋਂ ਕੁਛ ਜਿਹੜਾ ਹੈਗਾ ਸਿੱਖ ਲਵਾਂ, ਤੇ ਬਾਕੀ ਜਿਹੜੀਆਂ ਹੈਗੀਆਂ ਮੈਂ ਇਨ ਪਰਸਨ ਕਲਾਸਿਸ ਲਗਾਉਂਗੀ ਆਪਣੇ ਮਦਰ ਕੋਲ ਜਾਂ ਕਿਸੇ ਵੀ ਪ੍ਰੋਫੈਸ਼ਨਲ ਸ਼ੈਫ ਹੋਵੇ, ਠੀਕ ਆ। ਤਾਂ ਹੁਣ ਜਿਵੇਂ ਇਹਨੂੰ ਆਪਾਂ ਟ੍ਰਾਂਸਲੇਸ਼ਨ ਕੀਤਾ, ਤਾਂ ਮੈਂ ਇੱਥੇ ਕੀ ਕਿਹਾ, ਮੈਂ ਕਿਹਾ ਵੀ ਇਹਨੂੰ ਮੈਂ ਫਿਊਚਰ 'ਚ ਕਰਨਾ ਹੈਗਾ, ਮੈਂ ਕਿਹਾ ਵੀ ਆਈ ਐਮ ਪਲੈਨਿੰਗ ਟੂ ਜੁਆਇਨ ਸਮ ਆਨਲਾਈਨ ਕਲਾਸਿਸ ਇਨ ਆਰਡਰ ਟੂ ਲਰਨ ਦਿਸ ਕਲਨਰੀ ਸਕਿੱਲ। ਤਾਂ ਕੁਕਿੰਗ ਦੇ ਲਈ ਆਪਾਂ ਟਰਮ ਕੀ ਯੂਜ਼ ਕਰ ਲਿਆ, ਕਲਨਰੀ ਸਕਿੱਲਸ। ਐਂਡ ਆਈ ਵੁੱਡ ਆਲਸੋ ਲਾਈਕ ਟੂ, ਹੁਣ ਦੇਖੋ ਇੱਥੇ ਆਪਾਂ ਇਨ ਪਰਸਨ ਕਲਾਸਿਸ ਲਾਉਣੀ ਆ, ਤਾਂ ਇੱਥੇ ਆਪਾਂ ਇੱਕ ਈਡੀਅਮ ਪਾ ਸਕਦੇ ਹਾਂ ਰਾਜੇ, ਵਿਚ ਇਜ਼ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਤਾਂ ਮੈਂ ਇਹ ਈਡੀਅਮ ਕਿੱਦਾਂ ਐਡ ਕਰ ਸਕਦੀ ਹਾਂ, ਮੈਂ ਕਿਹਾ ਵੀ ਐਸ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਆਈ ਐਮ ਪਲੈਨਿੰਗ ਟੂ ਜੁਆਇਨ ਸਮ ਇਨ ਪਰਸਨ ਕਲਾਸਿਸ ਐਸ ਵੈਲ where I can learn how to use different recipes ki ho gayi raje techniques, how to use different recipes to make delicious cuisines। ta bahut sara na swadi cheezan banaun waste ਸਵਾਦੀ ਲਈ ਆਪਾਂ ਵਰਡ ਕੀ ਯੂਜ ਕਰ ਲਿਆ, ਡਿਲੀਸ਼ੀਅਸ। ਕਿਊਜ਼ੀਨਸ ਬਣਾਉਣ ਵਾਸਤੇ ਕਿੱਦਾਂ ਰੈਸਪੀਜ਼ ਨੂੰ ਯੂਜ ਕਰਨਾ। ਹੁਣ ਤੁਸੀਂ ਦੇਖੋ ਜਿਹੜੇ ਦੋਨੋਂ ਪਾਸਟ ਵਾਲੇ ਸੀ, ਹਨਾ, ਤੁਸੀਂ ਬਚਪਨ 'ਚ ਸਿੱਖੇ, ਤਾਂ ਮੈਂ ਕਿਹਾ ਵੀ ਮਾਈ ਮਦਰ ਇਨੀਸ਼ੀਅਲੀ ਮਾਈ ਮਦਰ ਟਾਟ ਮੀ ਦ ਸਕਿੱਲ ਆਫ ਕੁਕਿੰਗ, ਅਪਾਰਟ ਫਰੋਮ ਦੈਟ ਆਈ ਆਲਸੋ ਅਟੈਂਡਡ ਸਮ ਆਨਲਾਈਨ ਕਲਾਸਿਸ ਟੂ ਲਰਨ ਦ ਕਲਨਰੀ ਸਕਿੱਲਸ। ਅਲੋਂਗ ਵਿਦ ਦਿਸ I also went to some offline sessions as well, as practice makes a man perfect, I have learned by experience that how to use different recipes to make delicious cuisines, past chakarpa. Similarly, aap apne cousin nu sikhaya hai na, main kya bhi initially I motivated her to watch some online videos on the YouTube,
to understand how to prepare dishes, and then I gave her some in-person classes in which she practiced by herself. As practice makes a man perfect, she started preparing delicious cuisines by attending those sessions. ਤਾਂ ਤੁਸੀਂ ਸੇਮ ਚੀਜ਼ ਕੀਤੀ ਹੈਗੀ ਆ, ਸਿਰਫ ਚੇਂਜ ਕੀ ਕੀਤਾ ਹੈਗਾ ਟੈਂਸ ਡਾਲ ਕਰ। ਤਾਂ ਹੁਣ ਇੱਥੇ ਆਪਾਂ ਇੱਕ ਰੈਸਿਪੀ ਵਰਡ ਪਾਇਆ, ਇੱਕ ਆਪਾਂ ਵਰਡ ਪਾ ਸਕਦੇ ਹਾਂ ਰਾਜੇ ਇਨਗਰੀਡੀਅੰਟ। ਇਨਗਰੀਡੀਅੰਟ ਵੀ ਤੁਹਾਡੀ ਵਕੈਬ ਹੋ ਗਈ, ਕੋਈ ਵੀ ਇਦਾਂ ਦੀ ਸਪਾਈਸ ਹੋ ਸਕਦੀ ਆ, ਮਸਾਲਾ, ਹਨਾ, ਕਿਸੇ ਵੀ ਤਰ੍ਹਾਂ ਦਾ ਟੀ ਐਚ ਜਿਹੜਾ ਤੁਸੀਂ ਯੂਜ਼ ਕਰਨਾ ਹੈਗਾ ਟੂ ਪ੍ਰਿਪੇਅਰ ਡਿਫਰੈਂਟ ਟਾਈਪ ਆਫ ਰੈਸਿਪੀਜ਼। ਤਾਂ ਮੈਂ ਤਾਂ ਇਹਨੂੰ ਇਦਾਂ ਵੀ ਸਟਾਰਟ ਕਰ ਸਕਦੀ ਹਾਂ। ਮੈਂ ਕਿਹਾ ਵੀ ਫਸਟ ਆਫ ਆਲ I told her about all different kind of ingredients that are useful in cooking and how we can use them. Then we watched some videos on YouTube. ਠੀਕ ਹੈ, ਤਾਂ ਪਹਿਲਾਂ ਮੈਂ ਉਹਨੂੰ ਸਮਝਾਇਆ ਕਿ ਆਹ ਚੀਜ਼ ਆ ਹੈਗੀ ਆ ਨਾ, ਸਾਰੇ ਮਸਾਲਿਆਂ ਬਾਰੇ ਦੱਸਿਆ, ਤਾਂ ਉਹਨਾਂ ਲਈ ਤੁਸੀਂ ਟਰਮ ਕੀ ਯੂਜ਼ ਕਰ ਸਕਦੇ ਹੋ, ਇਨਗਰੀਡੀਐਂਟਸ। ਓਕੇ, ਉਸ ਤੋਂ ਬਾਅਦ ਆਪਾਂ ਅੱਗੇ ਮੂਵ ਕਰਦੇ ਹਾਂ ਰਾਜੇ, ਐਂਡ ਐਕਸਪਲੇਨ ਵਾਈ ਯੂ ਥਿੰਕ ਇਟ ਇਜ਼ ਇੰਪੋਰਟੈਂਟ whether it is difficult to learn. ਪਹਿਲਾਂ ਤਾਂ ਆਪਾਂ ਆ ਸਵਾਲ ਦਾ ਜਵਾਬ ਦਿੰਨੇ ਹੈਗੇ ਆ ਕਿ ਇਹ ਚੀਜ਼ ਜਿਹੜੀ ਹੈਗੀ ਆ ਸੌਖੀ ਸੀਗੀ ਜਾਂ ਨਹੀਂ। ਤਾਂ ਤੁਸੀਂ ਰਾਜੇ ਦੋਨੋਂ ਚੀਜ਼ਾਂ ਬਾਰੇ ਗੱਲ ਕਰ ਸਕਦੇ ਹੋ। ਠੀਕ ਹੈ, ਜਿੱਦਾਂ ਮੈਂ ਕਿਹਾ ਵੀ ਇਹ ਚੀਜ਼ ਕਾਫੀ ਜ਼ਿਆਦਾ ਸੌਖੀ ਸੀ, ਤਾਂ ਜਿੱਦਾਂ ਆਪਾਂ ਇੱਥੇ ਈਡੀਅਮ ਪਾਉਣੇ ਹੁੰਦੇ ਆ ਕੱਪ ਆਫ ਟੀ, ਹਨਾ, ਜਾਂ ਤੁਸੀਂ ਈਡੀਅਮ ਪਾਉਣੇ ਹੁੰਦੇ ਆ ਪੀਸ ਆਫ ਕੇਕ, ਜਾਂ ਆਪਾਂ ਈਡੀਅਮ ਪਾਉਣੇ ਹੁੰਦੇ ਆ ਰਾਜੇ ਰੋਕੇਟ ਸਾਇੰਸ। ਠੀਕ ਹੈ, ਕੋਈ ਵੀ ਇਹਨਾਂ 'ਚ ਈਡੀਅਮ ਤੁਸੀਂ ਐਡ ਕਰ ਸਕਦੇ ਹੋ। ਆਪਾਂ ਕਹਿਣਾ ਹੈਗਾ ਕਿ ਇਹ ਚੀਜ਼ ਸੌਖੀ ਹੈਗੀ ਆ, ਤਾਂ ਮੈਂ ਕਿਹਾ ਵੀ ਜਾਂ ਫਿਰ ਸੌਖੀ ਨਹੀਂ ਵੀ ਹੈਗੀ, ਦੋਨਾਂ 'ਚ ਬਣਾ ਸਕਦੇ ਹਾਂ ਨਾ। ਜਿੱਦਾਂ ਮੈਂ ਕਿਹਾ ਕੁਕਿੰਗ ਇਜ਼ ਨਾਟ ਅ ਪੀਸ ਆਫ ਕੇਕ ਫਾਰ ਐਵਰੀਬਡੀ ਬਿਕੋਜ਼ ਇਟ ਟੇਕਸ ਅ ਲੋਟ ਆਫ ਪੇਸ਼ੈਂਸ ਐਂਡ ਪ੍ਰੈਕਟਿਸ। ਤਾਂ ਜੇ ਤਾਂ ਆਪਾਂ ਕਿਹਾ ਕਿ ਕੁਕਿੰਗ ਜਿਹੜੀ ਹੈਗੀ ਆ ਨਾਟ ਅ ਪੀਸ ਆਫ ਕੇਕ ਹੈਗੀ ਆ, ਤਾਂ ਮੈਂ ਇੱਥੇ ਐਡ ਕੀ ਕੀਤਾ, ਬਿਕੋਜ਼ ਇਹਦੇ ਲਈ ਸਾਨੂੰ ਬਹੁਤ ਸਾਰੀ ਪੇਸ਼ੈਂਸ ਐਂਡ ਪ੍ਰੈਕਟਿਸ ਦੀ ਲੋੜ ਹੁੰਦੀ। ਠੀਕ ਹੈ, ਆਹ ਵੀ ਈਡੀਅਮ ਪਾ ਸਕਦੇ ਹਾਂ, ਕੁਕਿੰਗ ਇਜ਼ ਨਾਟ ਰੋਕਟ ਸਾਇੰਸ, ਦੈਟ ਮੀਨਸ ਇਟ ਇਜ਼ ਈਜ਼ੀ, ਰੋਕਟ ਸਾਇੰਸ ਇਜ਼ ਸਮਥਿੰਗ ਦੈਟ ਇਜ਼ ਡਿਫਿਕਲਟ। ਤਾਂ ਮੈਂ ਕੀ ਕਿਹਾ, ਕੁਕਿੰਗ ਇਜ਼ ਨਾਟ ਰੋਕਟ ਸਾਇੰਸ, ਦੋ ਅ ਪਰਸਨ ਨੀਡ ਅ ਲੋਟ ਆਫ ਪੇਸ਼ੈਂਟ ਐਂਡ ਪ੍ਰੈਕਟਿਸ ਟੂ ਲਰਨ ਇਟ ਪ੍ਰੋਪਰਲੀ। ਤਾਂ ਮੈਂ ਕਿਹਾ ਵੀ ਭਾਵਾਂ ਕਿ ਰੋਕਟ ਸਾਇੰਸ ਨਹੀਂ ਹੈਗੀ, ਪਰ ਫਿਰ ਵੀ ਬੰਦੇ ਨੂੰ ਬਹੁਤ ਸਾਰੀ ਪੇਸ਼ੈਂਸ ਤੇ ਪ੍ਰੈਕਟਿਸ ਦੀ ਲੋੜ ਹੈਗੀ ਆ ਇਹਨੂੰ ਲਰਨ ਕਰਨ ਵਾਸਤੇ। ਠੀਕ ਹੈ ਜੀ, ਹੁਣ ਦੇਖੋ ਆਪਣੇ ਕੋਲੇ ਵੈਦਰ ਇਟ ਇਜ਼ ਡਿਫਿਕਲਟ ਟੂ ਲਰਨ ਵਾਲਾ ਹੋ ਗਿਆ, ਹਨਾ, ਹਾਊ ਦੇ ਟੌਟ ਯੂ, ਹਾਊ ਦੇ ਵਿੱਚ ਆਪਾਂ ਦੱਸ ਚੁੱਕੇ ਹਾਂ ਆਨਲਾਈਨ ਵੀਡੀਓਸ ਦੈਨ ਆਫਲਾਈਨ ਕਲਾਸਿਸ, ਹਨਾ, ਇਹਦੇ 'ਚ ਵੀ ਦੇਖੋ ਹਾਊ ਲੌਂਗ, ਤਾਂ ਤੁਸੀਂ ਇੱਥੇ ਟਾਈਮ ਵੀ ਦੱਸ ਸਕਦੇ ਹਾਂ। ਮੈਂ ਕਿਹਾ ਵੀ ਇਟ ਟੁੱਕ ਅਰਾਊਂਡ 2 months ਫਾਰ ਮੀ ਟੂ ਟੀਚ ਦਿਸ ਪਰਟੀਕੁਲਰ ਸਕਿੱਲ ਟੂ ਮਾਈ ਕਜ਼ਨ। ਐਕਸਪਲੇਨ ਵਾਈ ਯੂ ਥਿੰਕ ਇਟ ਇਜ਼ ਇੰਪੋਰਟੈਂਟ ਐਂਡ ਹਾਊ ਯੂ ਫੈਲਟ ਅਬਾਊਟ ਇਟ। ਤਾਂ ਹੁਣ ਦੇਖੋ ਫੈਲਟ ਵਾਲੇ 'ਚ ਮੈਂ ਦੱਸ ਸਕਦੀ ਹਾਂ ਕਿ ਕੁਕਿੰਗ ਸਿੱਖਣਾ ਇੱਕ ਇੰਪੋਰਟੈਂਟ ਸਕਿੱਲ ਹੈਗੀ ਆ, ਜਾਂ ਕੁਕਿੰਗ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਲਾਈਫ ਸਕਿੱਲ ਹੈਗੀ ਆ। ਤਾਂ ਮੈਂ ਇੱਥੇ ਉਹਨੂੰ ਦੱਸਿਆ, ਮੈਂ ਕਿਹਾ ਵੀ ਆਈ ਸਿੰਸੀਅਰਲੀ ਬਿਲੀਵ cooking is an imperative apa kidi jagah te use kita raje important cooking is an imperative skill to learn
ਹੁਣ ਦੇਖੋ ਆਪਾਂ ਇੱਥੇ ਸਟਰਕਚਰ ਲਗਾਵਾਂਗੇ ਨਾਟ ਓਨਲੀ ਬਟ ਆਲਸੋ ਦੀ ਕਿਉਂ ਇੰਪੋਰਟੈਂਟ ਹੈਗੀ ਆ, ਮੈਂ ਕਿਹਾ ਵੀ ਇਟ ਨਾਟ ਓਨਲੀ ਹੈਲਪਸ ਅਸ ਇਨ ਸੇਵਿੰਗ ਮਨੀ ਬਟ ਆਲਸੋ ਇਨ ਪ੍ਰੋਟੈਕਟਿੰਗ ਔਰ ਇੱਥੇ ਕਹਿ ਸਕਦੇ ਹੋ ਪ੍ਰੋਟੈਕਟਿੰਗ ਹੈਲਥ ਜਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ ਔਰ ਇਨ ਸਟੇਇੰਗ ਫਿਟ, ਤਾਂ ਨਾ ਸਿਰਫ ਤੁਹਾਡੇ ਪੈਸੇ ਬਚਾਉਂਦੀ ਆ ਬਲਕਿ ਤੁਹਾਨੂੰ ਸਿਹਤਮੰਦ ਰਹਿਣ 'ਚ ਵੀ ਹੈਲਪ ਕਰਦੀ ਆ। ਹੁਣ ਬੱਚੇ ਆਹ ਜਿਹੜਾ ਪੁਆਇੰਟ ਹੈਗਾ ਆਹ ਵਾਲਾ ਸੇਵਿੰਗ ਮਨੀ ਵਾਲਾ ਤੇ ਹੈਲਦੀ ਰਹਿਣ ਵਾਲਾ, ਇਹਨੂੰ ਹੁਣ ਤੁਸੀਂ ਐਕਸਟੈਂਡ ਕਰੋਗੇ ਜੇ ਤੁਹਾਡੇ ਕੋਲ ਲੈਂਥ ਸ਼ਾਰਟ ਪੈਂਦੀ। ਇਹਨੂੰ ਹੁਣ ਮੈਂ ਐਕਸਟੈਂਡ ਕਿੱਦਾਂ ਕੀਤਾ, ਸੇਵਿੰਗ ਮਨੀ, ਹਨਾ, ਮੈਂ ਕਿਹਾ ਵੀ ਦੀਸ ਡੇਜ਼ ਪੀਪਲ, ਹੁਣ ਦੇਖੋ ਆਪਾਂ ਸਟਰਕਚਰ ਲਗਾਉਣੇ ਆ ਰਾਜੇ ਆਈਦਰ ਤੇ ਔਰ ਦੀ, ਦੀਸ ਡੇਜ਼ ਪੀਪਲ ਆਈਦਰ ਬਾਏ ਪੈਕੇਜਡ ਫੂਡ ਔਰ ਈਟ ਇਨ ਰੈਸਟੋਰੈਂਟਸ ਵਿਚ ਇਜ ਐਕਸਪੈਂਸਿਵ ਐਸ ਕੰਪੇਅਰ ਟੂ ਕੁਕਿੰਗ ਮੀਲ ਔਰ ਪ੍ਰਿਪੇਅਰਿੰਗ ਮੀਲ ਐਟ ਹੋਮ। ਤਾਂ ਮੈਂ ਕਿਹਾ ਵੀ ਰੈਸਟੋਰੈਂਟ ਤੇ ਖਾਣਾ ਜਾਂ ਪੈਕੇਜ ਫੂਡ ਖਰੀਦਣਾ ਮਹਿੰਗਾ ਆ ਘਰੇ ਫੂਡ ਪ੍ਰਿਪੇਅਰ ਕਰਨ ਦੇ ਨਾਲ, ਫਿਰ ਆਪਾਂ ਇਹਨੂੰ ਐਕਸਟੈਂਡ ਕਰਾਂਗੇ, ਹਨਾ। ਮੈਂ ਕਿਹਾ ਵੀ ਉਸ ਤੋਂ ਵੀ ਮਾੜੀ ਗੱਲ ਕੀ ਹੈਗੀ ਆ, ਤਾਂ ਆਪਾਂ ਇੱਥੇ ਸਟਰਕਚਰ ਕੀ ਲਗਾਈ ਰਾਜੇ ਔਨ ਟੋਪ ਆਫ ਇਟ, ਇਸ ਤੋਂ ਵੀ ਉੱਪਰ ਕੀ ਹੈਗਾ ਔਨ ਟੋਪ ਆਫ ਇਟ ਰੈਡੀ ਟੂ ਈਟ ਫੂਡ ਆਈਟਮਸ। ਰੈਡੀ ਟੂ ਈਟ ਫੂਡ ਆਈਟਮਸ ਕਿਹੜੀਆਂ ਹੋ ਗਈਆਂ, ਜਿਹੜੀਆਂ ਤੁਸੀਂ ਸਿੱਧਾ ਖਰੀਦ ਕੇ ਕੰਜ਼ਿਊਮ ਕਰ ਸਕਦੇ ਹੈਗੇ। ਤਾਂ ਮੈਂ ਕਿਹਾ ਵੀ ਔਨ ਟੋਪ ਆਫ ਇਟ ਰੈਡੀ ਟੂ ਈਟ ਫੂਡ ਆਈਟਮਸ ਆਰ ਕੁਆਇਟ ਅਨਹੈਲਦੀ ਬਿਕੋਜ਼ ਆਫ ਦ ਇਨਗਰੀਡੀਅੰਟਸ ਐਡਡ ਇਨ ਟੂ ਸੱਚ ਸਬਸਟੈਂਸਿਸ, ਸੋ ਇਨ ਲੌਂਗ ਰਨ ਇਟ ਇਜ਼ ਅ ਵਾਈਸ ਆਈਡੀਆ ਟੂ ਲਰਨ ਦਿਸ ਇੰਪੈਰੇਟਿਵ ਸਕਿੱਲ ਆਫ ਕੁਕਿੰਗ ਇਨ ਆਰਡਰ ਟੂ ਸੇਵ ਅ ਰਿਸੋਰਸਿਸ ਐਂਡ ਅਵਰ ਹੈਲਥ। ਤਾਂ ਸਾਡੇ ਰਿਸੋਰਸਿਸ, ਪੈਸੇ ਨੂੰ ਤੇ ਸਾਡੀ ਹੈਲਥ ਨੂੰ ਸੇਵ ਕਰਨ ਵਾਸਤੇ ਕੁਕਿੰਗ ਸਿੱਖਣਾ ਇੱਕ ਇੰਪੋਰਟੈਂਟ ਸਕਿੱਲ ਹੈਗੀ ਆ। ਤੇ ਫਿਰ ਮੈਂ ਇੱਥੇ ਕਹਿ ਸਕਦੀ ਹਾਂ ਜਿਵੇਂ ਤੁਸੀਂ ਆਪਦੀ ਕਜ਼ਨ ਨੂੰ ਸਿਖਾਈ ਸੀ, ਤਾਂ ਮੈਂ ਇੱਥੇ ਕਹਿ ਸਕਦੀ ਹਾਂ ਕਿ ਆਫਟਰ ਟੀਚਿੰਗ ਦਿਸ ਸਕਿੱਲ ਔਰ ਆਫਟਰ ਇੰਪਾਰਟਿੰਗ ਦ ਨੌਲੇਜ ਆਫ ਕੁਕਿੰਗ ਟੂ ਮਾਈ ਕਜ਼ਨ ਆਈ ਵਾਸ ਰੀਅਲੀ ਹੈਪੀ ਅਬਾਊਟ ਇਟ, ਹਨਾ। ਤਾਂ ਮੈਂ ਕਿਹਾ ਵੀ ਮੈਂ ਕਾਫੀ ਜ਼ਿਆਦਾ ਖੁਸ਼ ਸੀਗੀ ਇਸ ਚੀਜ਼ ਨੂੰ ਲੈ ਕੇ, ਐਸ ਆਈ ਥੋਟ ਆਈ ਹੈਵ ਡਨ ਸਮਥਿੰਗ ਗੁੱਡ ਫਾਰ ਮਾਈ ਕਜ਼ਨ। ਤਾਂ ਮੈਨੂੰ ਲੱਗਿਆ ਕਿ ਮੈਂ ਆਪਦੇ ਕਜ਼ਨ ਲਈ ਕੁਛ ਚੰਗਾ ਕੀਤਾ ਆ। ਤਾਂ ਇਹਦੇ ਨਾਲ ਹੀ ਰਾਜੇ ਇਹ ਆਪਣੇ ਤਿੰਨੋਂ ਕਿਊ ਕਾਰਡ ਕਵਰ ਹੋ ਗਏ। ਇਹਦੇ ਚ ਵੋਕੈਬ ਦੇ ਵਰਡ, ਈਡੀਅਮਸ, ਠੀਕ ਹੈ, ਸਟੋਰੀ ਸੇਮ ਹੈ, ਸਿਰਫ ਟੈਂਸ ਚੇਂਜ ਕਰਨਾ ਹੈਗਾ। ਆਈ ਹੋਪ ਯੂ ਲਾਈਕ ਦ ਵੀਡੀਓ, ਡੂ ਸਬਸਕ੍ਰਾਈਬ ਅਵਰ ਚੈਨਲ ਇਫ ਯੂ ਹੈਵਨਟ ਆਲਰੇਡੀ। ਥੈਂਕ ਯੂ।